ਪਿਆਰੋ ਪਿਆਰੇ ਭੈਣੋ ਵੀਰੋ ਅਤੇ ਭਰਾਓ ਅੱਜ ਆਪਾਂ ਤੁਹਾਨੂੰ ਦੱਸਣਾ ਹੈ ਕਿ ਮਕਾਨ ਸਸਤਾ ਕਿਵੇਂ ਬਣਾਈਏ ਸਸਤਾ ਮਕਾਨ ਕਿਵੇਂ ਬਣਾਇਆ ਜਾਂਦਾ ਹੈ ਤਾਂ ਉਸਦੇ ਬਾਰੇ ਵਿੱਚ ਤੁਹਾਨੂੰ ਦੱਸਣਾ ਹੈ ਕਿ ਸਸਤਾ ਮਕਾਨ ਕਿਵੇਂ ਬਣਾਈਏ ਪਿਆਰੇ ਦੋਸਤੋ ਇਹਦੇ ਵਿੱਚ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਜਿਵੇਂ ਨੰਬਰ ਇੱਕ ਸਸਤਾ ਪਲਾਟ ਲਿਆ ਜਾਵੇ ਨੰਬਰ ਦੋ ਚੰਗਾ ਮਟੀਰੀਅਲ ਲਾਇਆ ਜਾਵੇ ਨੰਬਰ ਤਿੰਨ ਵਧੀਆ ਨਕਸ਼ਾ ਬਣਾਇਆ ਜਾਵੇ ਇਹਨਾਂ ਤਿੰਨ ਚੀਜ਼ਾਂ ਦਾ ਅਗਰ ਧਿਆਨ ਰੱਖਿਆ ਜਾਵੇ ਤਾਂ ਮਕਾਨ ਇੱਕ ਆਪਾਂ ਬਹੁਤ ਵਧੀਆ ਬਣਾ ਸਕਦੇ ਹਾਂ ਅਤੇ ਔਰ ਪੱਕਾ ਮਕਾਨ ਬਣਾ ਸਕਦੇ ਹਾਂ ਖੁਦ ਆਪਣੇ ਧਿਆਨ ਵਿੱਚ ਮਕਾਨ ਬਣਾਇਆ ਜਾਵੇ ਮਕਾਨ ਬਣਾਇਆ ਜਾਵੇ ਚੰਗਾ ਮਟੀਰੀਅਲ ਲਿਆ ਕੇ ਦਿੱਤਾ ਜਾਵੇ ਲਿਆ ਕੇ ਦਿੱਤਾ ਜਾਵੇ ਅਤੇ ਪੂਰਾ ਮਟੀਰੀਅਲ ਲਾਇਆ ਜਾਵੇ ਇਸ ਵਿੱਚ ਸਮੈਂਟ ਰੇਤਾ ਸਰੀਆ ਬਜਰੀ ਅਤੇ ਹੋਰ ਮਕਾਨ ਵਿੱਚ ਲੋੜੀਂਦਾ ਸਮਾਨ ਦਿੱਤਾ ਜਾਵੇ ਤਾਂ ਇਹ ਮਕਾਨ ਵਧੀਆ ਬਣ ਸਕਦਾ ਹੈ ਅਤੇ ਸਸਤਾ ਵੀ ਬਣ ਸਕਦਾ ਹੈ ਠੀਕ ਹੈ ਜੀ